ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੀ ਖਬਰ ਪੰਜਾਬ ਤੋਂ ਜਿੱਥੇ ਚੋਰ ਨੇ ਨਗਦੀ ਮੋਬਾਈਲ ਫੋਨ ਅਤੇ ਛੋਟੇ ਬੱਚੇ ਨੂੰ ਰਾਤ 2 ਵਜੇ ਨਾਲ ਬੈਗ ਚੋਂ ਪਾਲਿਆ ਤੇ ਫਿਰ ਇਸ ਤਰ੍ਹਾਂ ਲੱਗਾ ਪਤਾ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਤਵਾਰ ਦੇ ਸ਼ੇਅਰ ਕਰਨਾ ਨਾ ਭੁੱਲਿਓ ਸਮੇਂ ਦੀ ਤਬਦੀਲੀ ਦੇ ਅਨੁਸਾਰ ਚੋਰਾਂ ਵੱਲੋਂ ਵੀ ਚੋਰੀ ਦੇ ਤਰੀਕੇ ਬਦਲੇ ਜਾ ਰਹੇ ਹਨ ਹੁਣ ਚੋਰ ਮੋਬਾਈਲ ਫੋਨ ਨਗਦੀ ਅਤੇ ਛੋਟੇ ਬੱਚੇ ਨੂੰ ਰਾਤ ਦੇ 2 ਵਜੇ ਬੈਗ ਦੇ ਵਿੱਚ ਪਾਲਿਆ ਤੇ ਇਸ ਤਰ੍ਹਾਂ ਇਸ ਘਟਨਾ ਦਾ ਪਤਾ ਲੱਗਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਫਲੋਰ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਬਾਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਚੋਰ ਦੇ ਵੱਲੋਂ ਬੱਚਾ ਚੋਰੀ ਕਰਦੇ ਸਮੇਂ ਰਾਤ ਨੂੰ ਮੌਕੇ ਤੇ ਪਤਾ ਲੱਗ ਜਾਣ ਤੇ ਬੱਚੇ ਦਾ ਬਚਾਅ ਹੋ ਗਿਆ ਘਟਨਾ ਰਾਤ 2 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਪੀੜਤ ਪਰਿਵਾਰ ਵਿੱਚ ਬਲਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਘਰ ਵਿੱਚ ਸੌਂ ਰਹੇ ਸੀ ਤਾਂ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਮਹੀਨੇ ਦੇ ਬੱਚੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰ ਗਹਿਰੀ ਨੀਂਦ ਦੇ ਵਿੱਚ ਸੌਂ ਰਿਹਾ ਸੀ ਉਸ ਸਮੇਂ ਹੀ ਚੋਰ ਦੇ ਵੱਲੋਂ ਸਭ ਕੁਝ ਆਪਣੇ ਬੈਗ ਦੇ ਵਿੱਚ ਪਾ ਲਿਆ ਗਿਆ ਤੇ ਇੱਕ ਮਹੀਨੇ ਦਾ ਬੱਚਾ ਵੀ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਮਾਂ ਦੀ ਅੱਖ ਖੁੱਲ ਗਈ ਬੱਚਾ ਕੋਲ ਨਾ ਹੋਣ ਦੇ ਵੇਖਿਆ ਤੇ ਘਰ ਦੇ ਵਿੱਚ ਚੋਰ ਮੌਜੂਦ ਸੀ ਉਸ ਨੇ ਪਤੀ ਵੱਲੋਂ ਉੱਠ ਕੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਮੌਕੇ ਤੇ ਆਪਣਾ ਬੈਗ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਦੀ ਸਾਰੀ ਜਾਣਕਾਰੀ ਬਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਵੀਡੀਓ ਖੰਗਾਲੀ ਜਾ ਰਹੀ ਹੈ ਬੱਚੇ ਦੇ ਪਿਤਾ ਨੇ ਦੱਸਿਆ ਕਿ ਚੋਰ ਵੱਲੋਂ ਮੇਰਾ ਇੱਕ ਮੋਬਾਈਲ ਫੋਨ 2000 ਰੁਪਏ ਤੇ ਬੱਚੇ ਨੂੰ ਚੋਰੀ ਕੀਤਾ ਜਾ ਰਿਹਾ ਸੀ ਇਸ ਘਟਨਾ ਦੀ ਸਭ ਪਾਸੇ ਚਰਚਾ ਤੇ ਨਿੰਦਾ ਹੋ ਰਹੀ ਹੈ ਸੋ ਦੋਸਤੋ ਤੁਸੀਂ ਵੀ ਰਾਤ ਦੇ ਸਮੇਂ ਆਪਣੇ ਬੂਹੇ ਮਾਰ ਕੇ ਸੋਇਆ ਕਰੋ ਬੱਚਿਆਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਚੋਰ ਹੁਣ ਚੋਰੀ ਦੇ ਨਾਲ ਨਾਲ ਬੱਚੇ ਵੀ ਚੋਰੀ ਕਰਨ ਲੱਗ ਪਏ ਹਨ ਧੰਨਵਾਦ